ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਆਪਣਾ ਮਲਕੀਤ ਆਲ ਰਾਊਂਡਰ, ਅਤੇ ਆਪਾਂ ਖੜੇ ਹਾਂ ਆਪਣੇ ਪਿੰਡ ਹਾਰਨੀ ਖੁਰਦ 'ਚ। ਆ ਕਾਫੀ ਦਿਨਾਂ ਤੋਂ ਟਰੈਕਟਰ ਖੜ੍ਹਾ ਵੇਖਣ ਦੇ ਹਾਂ, ਮੋਡੀਫਾਈ ਕੀਤਾ ਹੋਇਆ ਹੈ, ਹਿੰਦੁਸਤਾਨ ਟਰੈਕਟਰ, ਬੜਾ ਸੋਹਣਾ, ਵੇਖੋ ਕਿੱਡਾ ਵਧੀਆ ਜਚਾਇਆ ਹੋਇਆ, ਅਤੇ ਇਹਨੂੰ ਕਿਹੜੇ ਮਿਸਤਰੀ ਨੇ ਤਿਆਰ ਕੀਤਾ, ਸਤਨਾਮ ਮਿਸਤਰੀ ਦੇ ਘਰੇ ਖੜ੍ਹਾ ਹੋਇਆ, ਅਤੇ ਆਪਾਂ ਬਿੱਲ ਮਾਰ ਕੇ ਪੁੱਛਦੇ ਹਾਂ ਇਹਨਾਂ ਨੇ ਤਿਆਰ ਕੀਤਾ ਕਿਵੇਂ ਕੀਤਾ। ਬੇਲਾ ਆਪਾਂ ਮਾਰਤੀ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ। ਹੋਰ ਕੀ ਹਾਲ? ਮਲਕੀਤ ਸਿੰਘ ਆਲ ਰਾਊਂਡਰ ਵਾਲਿਆਂ ਦਾ ਬਹੁਤ ਬਹੁਤ, ਨਿਊਜ਼ ਵਾਲਿਆਂ ਦਾ ਬਹੁਤ ਬਹੁਤ। ਤੇ ਆ ਟਰੈਕਟਰ 2-4 ਦਿਨ ਹੋ ਗਏ ਵੇਖੇ ਇੱਥੇ, ਮੋਟੀ ਭਾਈ ਖੜਾ ਹੋਇਆ, ਆਪਾਂ ਹੀ ਤਿਆਰ ਕੀਤਾ? ਹਾਂ ਜੀ ਭਾਜੀ, ਆਪਾਂ ਹੀ ਤਿਆਰ ਕੀਤਾ ਹੈ ਟਰੈਕਟਰ। ਕਾਫੀ ਸੋਹਣਾ ਲੱਗਣ ਦਿਆ ਹੈ। ਅੱਜ ਕੱਲ ਮੈਂ ਸੁਣੀਦਾ ਪੰਜਾਬ 'ਚ ਲੋਕੀ ਨਾ ਜ਼ਿਆਦਾ ਮਿਸਤਰੀ ਤਿਆਰ ਕਰਦੇ ਨੇ ਟਰੈਕਟਰ ਐਵੇਂ ਦੇ, ਮੋਟੇ ਭਾਈ। ਇਹ ਹਰਿਆਣੇ 'ਚ ਮਤਲਬ ਤੁਸੀਂ ਪਹਿਲੀ ਵਾਰ ਕੀਤਾ? ਹਾਂਜੀ ਹਾਂਜੀ, ਪਹਿਲਾ ਟਰੈਕਟਰ ਹੀ ਆਪਾਂ ਮੋਡੀਫਾਈ ਕੀਤਾ, ਤਿਆਰ ਕੀਤਾ, ਹੁਣ ਹੀ ਕੀਤਾ ਥੋੜ੍ਹਾ ਜਿਹਾ। ਚਲੋ ਆਇਓ ਵੇਖਦੇ ਹਾਂ ਕੀ ਫੀਚਰ ਨੇ ਨਵੇਂ। ਤੇ ਆ ਪਾਵਰ ਸਟੀਅਰਿੰਗ ਅੱਜ ਕੱਲ ਮਤਲਬ ਹਿੰਦੁਸਤਾਨਾਂ 'ਚ ਪਹਿਲਾਂ ਆਉਂਦਾ ਨਹੀਂ ਹੁੰਦਾ, ਇਹਦੇ ਬਾਰੇ ਦੱਸੋ ਇਹ ਕਿਵੇਂ? ਇਹ ਜੀ ਹੁਣ ਆਪਾਂ ਵੈਸੇ ਪਾਵਰ ਸਟੀਅਰਿੰਗ ਕੀਤੇ ਨੇ ਟਰੈਕਟਰ, ਤੇ ਹੁਣ ਮੋਡੀਫਾਈ ਕਰਨ ਤੋਂ ਪਹਿਲਾਂ ਪਾਵਰ ਸਟੀਅਰਿੰਗ ਕੀਤਾ, ਇੰਜਨ ਦਾ ਕੰਮ ਕੀਤਾ ਸਾਰਾ, ਗੇਅਰ ਦਾ ਕੰਮ ਸਾਰਾ ਕੀਤਾ। ਇੱਧਰ ਲੈਓ ਕੈਮਰਾਮੈਨ ਜੀ, ਉੱਤੋਂ ਦੀ ਇੱਧਰ ਨੇੜੇ। ਗੇਅਰ ਦਾ ਸਾਰਾ ਕੰਮ ਕਰਕੇ ਠੀਕ ਸਾਰਾ, ਕਲੱਚ ਦਾ, ਐਕਸਲਾਂ ਦੇ ਬੈਰਿੰਗ ਸਭ ਕੁਝ ਪਾ ਕੇ ਫਿਰ ਇਹਨੂੰ ਤਿਆਰ ਕੀਤਾ ਆਪਾਂ। ਤੇ ਕਿੰਨੇ ਹਾਊਸ ਪਾਵਰ ਹੈ ਇਹ? 50 ਹਾਊਸ ਪਾਵਰ ਹੁੰਦਾ ਜੀ। ਠੀਕ ਹੈ ਜੀ। ਤੇ ਡੈਂਟਿੰਗ ਪੇਂਟਿੰਗ ਦਾ ਕੰਮ? ਡੈਂਟਿੰਗ ਪੇਂਟਿੰਗ ਦਾ ਪੈਂਟ ਮਿਸਤਰੀ ਸਰਸੇ ਤੋਂ ਕੋ ਕਰਵਾਇਆ ਸੀ। ਅੱਛਾ, ਵੀ ਜੈਨੀਅਨ ਪੂਰਾ? ਹਾਂਜੀ ਹਾਂਜੀ, ਸਾਰਾ ਜੈਨੀਅਨ ਟਰੈਕਟਰ, ਬਿਲਕੁਲ ਸਾਰਾ ਵਧੀਆ ਟਰੈਕਟਰ। ਠੀਕ ਹੈ ਠੀਕ ਹੈ। ਤੇ ਲਾਈਟਿੰਗ ਲੂਟਿੰਗ ਦਾ? ਲਾਈਟਿੰਗ ਲੂਟਿੰਗ ਸਾਰੀ ਵਾਇਰਿੰਗ ਨਵੀਂ ਹੋਈ ਹੈ, ਲਾਈਟਾਂ ਜੈਨੀਅਨ ਲਾਈਟਾਂ ਲਾਈਆਂ ਨੇ, ਸਾਰੇ ਇੰਟੀਗ੍ਰੇਟਰ ਜੈਨੀਅਨ, ਬਿਲਕੁਲ ਸਭ ਕੁਝ। ਆ ਮੈਟ ਮੂਟ ਤੁਸੀਂ ਆਪ ਹੀ? ਹੈ ਮੈਟ, ਮੈਟ ਵੀ ਆਪ ਲਵਾਏ ਨੇ, ਆਪਾਂ ਇਹਦਾਂ ਸਾਰੇ ਆਪ ਬਣਵਾਏ ਨੇ। ਠੀਕ, ਤੇ ਸਾਰਾ ਕੁਝ ਆ ਡਿਪਰ ਡੁਪਰ ਸਾਰਾ? ਹਾਂ ਸਾਰੇ ਜੈਨੀਅਨ ਲਵਾਏ ਨੇ। ਠੀਕ ਹੈ, ਮਤਲਬ ਵੀ ਕੋਈ ਮਤਲਬ ਘਟਿਆ ਸੌਦਾ? ਨਹੀਂ ਨਹੀਂ, ਬਿਲਕੁਲ ਸਾਰਾ ਜਿੰਨਾ ਸਮਾਨ ਲਾਇਆ ਜੈਨੀਅਨ ਲਾਇਆ, ਤੇ ਥੋੜੇ ਖਰਚੇ ਚ ਲਾਇਆ, ਯਾਨੀ ਕਿ 2.5 ਲੱਖ ਦਾ ਪ੍ਰੋਜੈਕਟ, ਜ਼ਿਆਦਾ ਜ਼ਿਆਦਾ ਵੱਡਾ ਨਹੀਂ, ਜੋ ਲੋਕੀ ਤੇ ਜ਼ਿਆਦਾ ਜ਼ਿਆਦਾ ਪੈਸੇ ਲਾ ਕੇ ਬਣਾਉਂਦੇ ਨੇ ਪੰਜਾਬ 'ਚ, ਤੇ ਨਹੀਂ ਛੋਟੇ ਜਿਹੇ ਪ੍ਰੋਜੈਕਟ ਹੀ ਬਣਾਏ। ਬਹੁਤ ਸੋਹਣਾ ਬਣਿਆ ਵੀ, ਜਿੱਧਰੋਂ ਵੇਖੀ ਟਾਇਰ ਟੂਰ ਸਾਰਾ ਕੁਛ ਓਕੇ, ਏਅਰਪੋਰਟ। ਹਾਂਜੀ, ਇਹ ਨਾ ਜੀਂਦ ਤੋਂ ਇਹ ਟਰੈਕਟਰ, ਜੈਦੀਪ ਚਹਿਲ ਸਧਾਣਾ ਪਿੰਡ ਉਹਦਾ, ਡਿਸਟ੍ਰਿਕਟ ਜੀਂਦ ਹੈ ਉਹਨਾਂ ਨੇ। ਹਾਂ, ਉਹ ਕਿਸਾਨ ਏਕਤਾ ਦੇ ਪ੍ਰਧਾਨ ਨੇ, ਉਹਨਾਂ ਦਾ ਟਰੈਕਟਰ ਹੈ, ਉਹਨਾਂ ਉੱਥੋਂ ਖਲਾਇਆ ਸੀ। ਜੇ ਵੀਡੀਓ ਵੇਖ ਕੇ ਕਿਸੇ ਹੋਰ ਵੀਰ ਨੇ ਵੀ ਐਵੇਂ ਮੋਡੀਫਾਈ ਕਰਵਾਉਣਾ ਹੋਏ ਤਾਂ ਕਰਵਾ ਸਕਦੇ? ਹਾਂ ਜ਼ਰੂਰ ਜੀ, ਜ਼ਰੂਰ, ਪਿੱਛੇ ਆਪਣਾ ਐਡਰੈਸ ਲਿਖਿਆ ਉਹਨਾਂ ਨੂੰ। ਠੀਕ ਹੈ ਠੀਕ ਹੈ ਠੀਕ, ਆਇਓ ਪਿੱਛੇ ਵੇਹਨੇ ਆਪਾਂ। ਆ ਲਿੰਕਾਂ ਲੁੰਕਾਂ ਸਾਰਾ ਕੁਛ? ਹਾਂ, ਇੱਥੇ ਆਪਣੀ ਨੇਲ ਪਲੇਟ ਲੱਗੀ ਹੋਈ। ਹਾਂਜੀ, ਸਤਨਾਮ ਸਿੰਘ ਕਰੀਵਾਲਾ ਸਿਰਸਾ, ਮੇਨ ਆਪਣੀ ਦੁਕਾਨ ਉੱਥੇ? ਹਾਂ, ਮੇਨ ਦੁਕਾਨ ਕਰੀਵਾਲੇ, ਕਰੀਵਾਲੇ ਆ। ਤੇ ਪਿੰਡ ਆਪਣਾ ਹਾਰਨੀ ਹੈ। ਠੀਕ ਹੈ ਠੀਕ। ਹਾਂਜੀ ਹਾਂਜੀ, ਪਿੰਡ ਆਪਣਾ ਹਾਰਨੀ ਹੈ, ਤੇ ਦੁਕਾਨ ਆਪਣੀ ਕਰੀਵਾਲੇ। ਕਿੰਨੇ ਸਾਲ ਹੋ ਗਏ ਉੱਥੇ ਕੰਮ ਕਰਦੇ? ਕੰਮ ਕਰਦੇ ਤਾਂ ਬਹੁਤ ਬਹੁਤ ਜ਼ਿਆਦਾ ਸਾਲ ਹੋ ਗਏ ਨੇ, ਸਨ 2000 ਤੋਂ ਪਹਿਲਾਂ ਦੇ ਕੰਮ ਕਰਨ ਡਏ ਆ। ਠੀਕ, ਹਿੰਦੁਸਤਾਨ ਦਾ ਬਹੁਤ ਜ਼ਿਆਦਾ ਕੰਮ ਕੀਤਾ। ਅੱਛਾ, ਮੇਨ ਹਿੰਦੁਸਤਾਨ ਦਾ, ਹੋਰ ਕਿਸੇ ਤਰ੍ਹਾਂ ਦਾ ਵੀ ਕੰਮ ਕਰਨਾ? ਸਾਰੇ ਟਰੈਕਟਰਾਂ ਦਾ ਕੰਮ ਕਰੀਦਾ। ਸੰਪਰਕ ਕਰ ਸਕਦੇ ਨੇ 98-960-45-945, ਆਹ ਨੰਬਰ ਹੈ। ਹਾਂਜੀ ਠੀਕ ਹੈ ਠੀਕ ਹੈ। ਜੈਦੀਪ ਚਹਿਲ ਉਥੋਂ ਕਿਸਾਨ ਏਕਤਾ ਦਾ ਪ੍ਰਧਾਨ ਹੈ। ਠੀਕ, ਉਹਨਾਂ ਦਾ ਪੰਜਾਬ ਚ ਨੇ? ਨਾ ਨਹੀਂ, ਜੀਂਦ ਜ਼ਿਲ੍ਹੇ, ਜੀਂਦ ਤੋਂ ਆਏ। ਠੀਕ ਹੈ ਠੀਕ। ਅੱਛਾ, ਜਿਹਨੇ ਤਿਆਰ ਕਰਵਾਉਣਾ ਉਹ ਕਰਵਾ ਸਕਦਾ? ਹਾਂਜੀ ਹਾਂਜੀ, ਵੇਖ ਲਓ ਹੈ। ਤੇ ਇੱਕ ਨੰਬਰ ਵੀ ਕੁਆਲਿਟੀ ਬਣਾ ਕੇ ਦੇਣਗੇ ਭਾਜੀ, ਅੱਗੋਂ ਵੇਖੋ ਪੂਰੀ ਸ਼ੋਸ਼ ਆ ਸਾਰੀ, ਇੱਕ ਇੱਕ ਚੀਜ਼।
ਇੰਜਣ ਉੰਜਣ ਸਾਰਾ ਓਕੇ ਹੈ? ਓਕੇ ਬਿਲਕੁਲ ਸਾਰਾ ਇੰਜਣ ਨਵਾਂ ਕੀਤਾ, ਮਤਲਬ ਇੰਜਣ ਦੇ ਖੁਦ ਮਿਸਤਰੀ ਨੇ ਕਾਫੀ ਟਾਈਮ ਤੋਂ ਕੰਮ ਕਰ ਰਹੇ ਨੇ। ਕੋਈ ਟਰੈਕਟਰ 'ਚ ਵੀ ਦਿੱਕਤ ਹੋ ਗਈ ਉਹ ਵੀ ਸਹੀ ਕਰਕੇ, ਕਿਉਂਕਿ ਹਿੰਦੁਸਤਾਨ ਦੇ ਸਪੈਸ਼ਲਿਸਟ ਮਿਸਤਰੀ ਨੇ। ਅਤੇ ਵੀਡੀਓ ਕਿਵੇਂ ਲੱਗੀ ਸਾਰਿਆਂ ਨੇ ਸ਼ੇਅਰ ਕਰਨੀ, ਅਤੇ ਜੇ ਤੁਸੀਂ ਇਹਨਾਂ ਦੁਕਾਨ 'ਤੇ ਮਿਲਣਾ ਸਤਨਾਮ ਸਿੰਘ ਕਰੀਵਾਲਾ ਉੱਥੇ ਮਿਲ ਸਕਦੇ, ਉਹਨਾਂ ਸ਼ੋਪ 'ਤੇ ਵੀ ਮਿਲ ਸਕਦੇ ਆ। ਅਤੇ ਬਾਕੀ ਵੀਡੀਓ ਸਾਰੇ ਸ਼ੇਅਰ ਕਰੋ। ਥੈਂਕ ਯੂ, ਧੰਨਵਾਦ ਜੀ।